डेढ़ साल हो चलिया वा मैं पता नहीं किन्नी बारी लिख देता हूँ मेरे को कागज नहीं कटे जाने तो मैं कॉपियां दिता लिखती दे गया हम नंबर लो आ गए कोई सुनवाई नहीं कोई कौंसलर नहीं कोई कुछ नहीं साड़ी कोई पुछगिछ नहीं कर रहा है सारे ही बीमार पे ने मेरी गली मेरा मोहल्ला जिस दे तहत अमृतसर दियां 85 दियां 85 वार्डां दा हाल तुहानू दिखा रहे हैं ते अज असीं पहुंचे हाँ वार्ड नंबर 82 छिहाटा भला गली विच जिथे कि तुहानू दिखा दिंदे हाँ लोग जिहड़े ने काफ़ी ज़्यादा वो परेशान ने क्योंकि इत्थे जिहड़ा कि पीण वाला पानी वह काफ़ी ज़्यादा गंदा ते बदबूदार आ रहा तुसीं देख सकते हो आ बाल्टी विच पीण वाला पानी है जिहड़ा कि पीण दे योग नहीं है और ये समस्या आज दी नहीं काफ़ी ज़्यादा पुरानी समस्या है तो लगातार लोगों को दिक्कत हो रही है क्योंकि जिथे पीण वाला पानी ही गंदा होगा तो बीमारियों का जिहड़ा कि सदा उस इलाके विच जरूर जिहड़ा कि वह वेखन नू मिल जाता है काफ़ी ज़्यादा लोग परेशान ने लोग यही मांग कर रहे हैं भी उन्हों का जिहड़ा कि ये वड्डी समस्या जिहड़ी कि वह हल करवाई जाए तो लोगों वालों इलाके दे संबंधित SDO नू भी जिहड़ी कि वह चिट्ठी भी लिखी गई है तो गलबात भी लोगों नाल कर लैंदे आ होर भी की दिक्कतां ने वार्ड नंबर 82 कौंसलर अरविंद शर्मा ਪੱਲਾ ਗਲੀ BJP ਪ੍ਰਤਾਪ ਬਾਜ਼ਾਰ ਪੱਲਾ ਗਲੀ ਪ੍ਰਤਾਪ ਬਾਜ਼ਾਰ ਸ਼ਹਿਰਾਟਾ ਕਿਹੜੀ ਪਾਰਟੀ ਦਾ ਅਰਵਿੰਦ ਸ਼ਰਮਾ BJP ਪਾਰਟੀ ਜਨਤਾ ਕੀ ਮੁਸ਼ਕਲਾਂ ਨੇ ਇੱਥੇ ਭਾਈ ਸਾਡੇ ਮੁਸ਼ਕਲਾਂ ਇਹ ਆ ਕਿ ਪਾਣੀ ਦਾ ਬਹੁਤ ਸਾਨੂੰ ਸਮੱਸਿਆ ਵਾ ਸਾਡੇ ਸੀਵਰੇਜ ਜਦੋਂ ਆਉਂਦੇ ਸਾਨੂੰ ਪੈਸੇ ਦੇਣੇ ਪੈਂਦੇ ਉਹਨਾਂ ਨੇ ਇੱਕ ਬਣਾ ਲਿਆ ਆ ਆਉਂਦੇ ਆ ਇੰਨੇ ਪੈਸੇ ਦੇ ਦਿਓ ਫਿਰ ਲੈ ਜਾਂਦੇ ਆ ਜਾਂਦੇ ਆ ਸਾਡੇ ਉਹ ਪਾਣੀ ਆ ਪੀਣ ਯੋਗ ਨਹੀਂ ਹੈਗਾ ਜਿਹਦੇ ਕਰਕੇ ਅੱਗੇ ਬਿਮਾਰੀਆਂ ਤੁਹਾਨੂੰ ਪਤਾ ਹੈ ਕਿਵੇਂ ਹੋਈਆਂ ਪਈਆਂ ਵਾ ਹੁਣ ਸਾਡੇ ਹੋਰ ਸਮੱਸਿਆ ਹੈ ਉਹ ਕੱਲ੍ਹ ਨੂੰ ਕਿੱਥੋਂ ਗਰੀਬ ਬੰਦਾ ਕਿੱਥੋਂ ਇੰਨਾ ਕਰੇਗਾ ਕਿ ਇੰਨੀ ਬਿਮਾਰੀ ਜੋਗੇ ਕਰੇਗਾ ਇਹ ਕਰੇਗਾ ਸੀਵਰੇਜ ਰੁਕੇ ਪਏ ਨੇ ਪਾਣੀ ਗੰਦਾ ਹੈ ਕਿਸੇ ਬੰਨਿਓ ਸਾਨੂੰ ਕੋਈ ਨਹੀਂ ਹੈਗੀ ਕੋਈ ਕੌਂਸਲਰ ਨਹੀਂ ਕੋਈ ਕੁਛ ਨਹੀਂ ਸਾਡੀ ਕੋਈ ਪੁੱਛਗਿੱਛ ਨਹੀਂ ਕਰ ਰਿਹਾ ਹੈਗਾ ਬਹੁਤ ਸਾਨੂੰ ਤਾਂ ਮੁਸ਼ਕਲ ਆ ਸਾਡੇ ਤਾਂ ਸਾਰੇ ਹੀ ਬਿਮਾਰ ਪਏ ਨੇ ਪਾਣੀ ਵੇਖੋ ਆਣ ਕੇ ਕਿਸ ਤਰ੍ਹਾਂ ਪਾਣੀ ਜਿਸ ਤਰ੍ਹਾਂ ਚੱਪੜਦਾ ਹੁੰਦਾ ਚੱਪੜਦੇ ਬਾਲਟੀ ਵਿੱਚ ਪਾਣੀ ਪੀਣ ਵਾਲਾ ਹਾਂਜੀ ਹਾਂਜੀ ਪੀਣ ਵਾਲਾ ਤੇ ਉਹ ਵੇਖ ਲਓ ਪਾਣੀ ਅਸੀਂ ਤੁਹਾਨੂੰ ਦਿੱਤਾ ਪਾਣੀ ਬਹੁਤ ਗੰਦਾ ਆਉਂਦਾ ਪਿਆ ਸਾਡਾ ਛਿਆਟਾ ਹੈਗੀ ਹੈ ਗਲੀ ਭੱਲਾ ਗਲੀ ਅਤੇ ਬਹੁਤ ਮੁਸ਼ਕਲ ਹੈਗੀ ਹੈ ਸਾਰੇ ਬਿਮਾਰ ਰਹਿੰਦੇ ਆ ਇੱਥੇ ਸਾਰਿਆਂ ਟੱਬਰ ਮਤਲਬ ਬੁਖਾਰ ਚੜ੍ਹੇ ਆ ਹੱਡਾਂ ਪੈਰਾਂ ਮਤਲਬ ਬਹੁਤ ਦਰਦਾਂ ਹੁੰਦੀਆਂ ਪਾਣੀ ਪਾਣੀ ਪੀਣ ਵਾਲਾ ਹੈ ਗੰਦਾ ਬਹੁਤ ਆ ਬਦਬੂਦਾਰ ਬਹੁਤ ਹੈ ਉਹਨਾਂ ਨੂੰ ਮੈਂ ਲਿਖ ਕੇ ਦੇ ਗਿਆ ਹਾਂ ਵੀ ਇਹਨਾਂ ਨੇ ਜੋ ਨੱਠ ਵਾਲਿਆਂ ਉੱਥੋਂ ਕਨੈਕਸ਼ਨ ਹੋਣ ਤੋਂ ਬਾਅਦ ਵੀ ਇਹ ਜਿਹੜੇ ਨਾ ਸੀਵਰ ਵਾਲੇ ਇਹ ਜਾਣ ਕੇ ਕੋਈ 200 ਰੁਪਇਆ ਦੇ ਦਿੰਦਾ ਉਦੋਂ 5 ਵਜੇ ਮਰ ਜਾਂਦੇ ਸੋਟੀਆਂ ਅਤੇ ਬਾਕੀ ਜਿਹੜਾ ਉਹ ਬੰਦ ਕਰ ਦਿੰਦੇ ਆ ਇੱਕ ਸਾਡੀ ਗਲੀ ਜਗ੍ਹਾ ਹੌਦੀ ਬਣੀ ਆ ਉਹ 'ਚੋਂ ਪਾਈਪ ਉਹਦਾ 9 ਇੰਚੋਂ ਮੇਰੇ ਖਿਆਲ ਉੱਥੇ ਉਹ ਘਰ ਵਾਲੇ ਨੇ ਇੰਨੀ ਲਾਈ ਮੈਂ 20 ਵਾਰੀ ਲਿਖ ਕੇ ਦਿੱਤਾ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਮੇਰੀ ਲੱਤਾਂ ਨਹੀਂ ਚੱਲਦੀਆਂ ਹਾਂ ਗੋਡੇ ਖਰਾਬ ਲੱਤ ਖਰਾਬ ਡੇਢ ਸਾਲ ਹੋ ਚੱਲਿਆ ਵਾ ਮੈਂ ਪਤਾ ਨਹੀਂ ਕਿੰਨੀ ਵਾਰੀ ਲਿਖ ਦਿੱਤਾ ਹੁਣ ਮੇਰੇ ਕੋਲ ਕਾਗਜ਼ ਨਹੀਂ ਕੱਢੇ ਜਾਣੇ ਤੁਹਾਨੂੰ ਮੈਂ ਕਾਪੀਆਂ ਦਿੰਦਾ ਲਿਖਤੀ ਦੇ ਗਿਆ ਮੈਂ ਨੰਬਰ ਲਓ ਆ ਗਏ ਕੋਈ ਸੁਣਵਾਈ ਨਹੀਂ ਜਾਂਦੇ ਵੀ ਸਿਵਰ ਚਾਲੂ ਕਰਨ ਵਡਾਲੀ ਜੇ ਨਹੀਂ ਇਹਨਾਂ ਕੋਲ ਸਾਫ਼ ਹੋਣ ਡਿਆ ਵਡਾਲੀ ਵਾਲਾ ਚਾਲੂ ਕਰ ਦੇਣ ਵਡਾਲੀ ਵੱਲੋਂ ਅਖੀਰ ਤੋਂ ਪਿੰਡ ਦੇ ਬਾਹਰ ਜਾ ਕੇ ਕਨੈਕਸ਼ਨ ਹੈਗਾ ਵਾ ਇਹਨਾਂ ਨੂੰ ਪੁੱਛ ਸਕਦੇ ਤੁਸੀਂ ਹਾਂਜੀ ਉਹਦੇ ਨਾਲ ਹੀ ਮਿਲਦਾ ਵਾ ਇੱਕ ਤਾਂ ਸਫਾਈ ਕਰਾਉਣ ਡੇ ਨਾ ਗੁਮਾਨਪੁਰੇ ਵਾਲਾ ਇੱਕ ਉਹ ਵੀ ਹੈਗਾ ਵਾ ਕਈ ਤਰ੍ਹਾਂ ਹੈਗਾ ਵਡਾਲੀ ਜਦੋਂ ਨਾਲਾ ਬਣਿਆ ਸੀ ਨਾ ਡਿਸਪੋ ਕੱਪੜੇ ਖੇੜੀ ਨੂੰ ਉਹਦੇ ਨਾਲ ਇਹਨਾਂ ਕਨੈਕਸ਼ਨ ਹੈਗਾ ਇਹ ਜੇ ਖੋਲਦੇ ਨਾ ਉਹ ਤਾਂ ਗੰਦਾ ਪਾਣੀ ਸਾਰਾ ਜਾ ਸਕਦਾ ਉੱਧਰ ਮੈਂ ਵਾਰਡ ਨੰਬਰ 82 ਭੱਲਾ ਗਲੀ ਨਿਵਾਸਨ ਹਾਂ ਮੇਰੇ ਗਲੀ ਦੇ ਮੇਨ ਸਭ ਤੋਂ ਪ੍ਰੋਬਲਮ ਇਹ ਹੈ ਜਿਲ੍ਹੇ ਬਾਰਿਸ਼ ਆਉਂਦੀ ਹੈ ਇੱਕ ਕੂੜਾ ਬੜਾ ਹੁੰਦਾ ਇੱਕ ਪਾਣੀ ਇੰਨਾ ਛੱਪੜ ਲੱਗ ਜਾਂਦਾ ਨਹਿਰ ਵਗ ਜਾਂਦੀ ਤਲਾਬ ਵੀ ਕੁਛ ਨਹੀਂ ਉਹਦੇ ਅੱਗੇ ਲੋਕਾਂ ਦੇ ਨਿੱਕੇ ਨਿੱਕੇ ਬੱਚੇ ਕੀ ਜਨਾਨੀਆਂ ਕੀ ਕੁੜੀਆਂ ਕੀ ਐਕਟਿਵਾ ਉਕਟਾ ਚੱਲਦੀਆਂ ਨੇ ਇਹ ਵੀ ਸਾਡੀ ਪ੍ਰੋਬਲਮ ਸੁਣੀ ਜਾਏ ਲਾਈਟ ਸਾਡੇ ਇੱਥੇ ਘੱਟਦੀ ਵੱਧਦੀ ਹੈ ਕਦੀ ਦੋ ਦੋ ਦਿਨ ਬੰਦ ਰਹੇਗੀ ਇਹ ਬੜੀ ਪ੍ਰੋਬਲਮ ਹੀ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਸਾਡੇ ਲੋਕਾਂ ਦੀ ਸੁਣੀ ਜਾਏ ਬੜੇ ਬਿਮਾਰ ਹੈ ਪੂਰੀ ਗਲੀ ਬਿਮਾਰ ਹੈ ਇੱਕ ਇੱਕ ਗਲੀ ਦੀ ਪੂਰੇ ਪੂਰੀ ਫੈਮਿਲੀ ਬਿਮਾਰ ਹੈ ਅਸੀਂ ਚਾਹੁੰਦੇ ਹਾਂ ਸਾਡਾ ਪਾਣੀ ਸਾਫ਼ ਹੋਏ ਛੋਟੇ ਛੋਟੇ ਬੱਚੇ ਹੈ ਜਿਹੜੇ ਬੰਦੇ ਕੰਮ ਕਰਨਾ ਉਹਨਾਂ ਸਾਡੇ ਕੋਲ ਬਹਿ ਕੇ ਕਿੰਨਾ ਕੁ ਸਾਨੂੰ ਸੰਭਾਲਣਗੇ ਉਹ ਵੀ ਪੈ ਜਾਣਗੇ ਕਿੰਨੇ ਖਾਣਾ ਅਸੀਂ ਲੋਕਾਂ ਨੇ ਕਿੱਥੋਂ ਖਾਣੀ ਹੈ ਮੁਸ਼ਕਲ ਇਹ ਕਿ ਇੱਕ ਤਾਂ ਪਾਣੀ ਗੰਦਾ ਆਉਂਦਿਆਂ ਦੇ
ना ही बच्चे प्या सकते ना ही कुछ नहाने तो भी इन्नी नफरत होंगी बच्चे नहाने तो बैठे तो पानी साढ़ा साफ आना चाहिए जड़िया बीमारियां लग बुखार चढ़न दे बीमारियां हो बीमार सारे पानी की गंदी स्मैल इन जिमें गार निरी आती है पानी च ये पता नहीं हूँ कोई पाइप मिक्स होई है कि होया एदा मसला हल करो जड़ा कि असी सारे भैन भरा भी कोई एहोजी गल ना हो बीमार ना छोटे छोटे बच्चे आ बीमार होंगे पे आ ग्लूकोज उन्होंने लगन दे ने ये हूँ मसला इन्होंने कारपोरेशन वाले भी बड़ा कुछ कह चुके ये सुनाई नहीं हैगी।